ਉਹਨਾਂ ਨੂੰ ਪਿਆਰੀ ਸਤ ਸੰਗਤ ਜੀਓ, ਬਹੁਤ ਇੱਕ ਦੁਖੀ ਹਿਰਦੇ ਨਾਲ ਮੈਂ ਗੱਲ ਕਰ ਰਿਹਾ। ਇਹ ਜੋ ਸੰਸਾਰ ਦੇ ਲੋਕ ਆ, ਸੰਤਾਂ ਮਹਾਂਪੁਰਸ਼ਾਂ ਗੁਰੂਆਂ ਪੈਗੰਬਰਾਂ ਦੇ ਵਿੱਚ ਛੋਟੀਆਂ ਬੜੀਆਂ ਕਰਕੇ ਲੋਕਾਂ ਦੀ ਦੁਵਿਧਾ ਵਿੱਚ ਫਸਾਈ ਜਾਂਦੇ ਆ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ, ਜਦੋਂ ਕਿ ਗੁਰੂਆਂ ਦੀ ਗੱਲ ਆਉਂਦੀ ਤਾਂ ਸਤਿਗੁਰੂ ਸਾਰੇ ਹੈ। ਅੱਜ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈ, ਬੜਾ ਇਸ ਗੱਲ ਦਾ ਚਰਚਾ ਚੱਲ ਰਹੀ ਹੈ। ਬਾਹਰੋਂ ਦੇਸ਼ਾਂ ਵਿਦੇਸ਼ਾਂ ਚ ਬੜੇ ਫੋਨ ਆਉਂਦੇ ਹੈ, ਜਥੇਬੰਦੀਆਂ ਦੇ ਫੋਨ ਆਉਂਦੇ ਹੈ ਵੀ ਜਗਤ ਗੁਰੂ ਸਤਿਗੁਰੂ ਭਗਤ ਕਹਿਣ ਦੇ ਨਾਲ ਕੀ ਗੱਲ ਹੈ। ਉਹ ਤਾਂ ਇੱਕ ਖੁਦ ਰੱਬ ਪਰਮਾਤਮਾ ਹੈ, ਕਿਉਂਕਿ ਅਰਜਨ ਦੇਵ ਮਹਾਰਾਜ ਨੇ ਉਹਨਾਂ ਨੂੰ ਇੱਕ ਠਾਕਰ ਦਾ ਰੁਤਬਾ ਦਿੱਤਾ ਵੀ ਰੱਬ। ਇਸ ਕਰਕੇ ਅੱਜ ਇੱਕ ਜੋ ਕਿ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ, ਇਹ ਸਾਡੇ ਤੇ ਕੋਈ ਲਾਗੂ ਨਹੀਂ ਹੈ। ਨਹੀਂ ਇਸ ਗੱਲ ਨੂੰ ਅਸੀਂ ਮੰਨਾਂਗੇ। ਅਸੀਂ ਤਾਂ ਡਟ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਰੱਬ ਜੀ ਕਹਿ ਕੇ ਪੁਕਾਰਾਂਗੇ। ਜਿੰਨੀ ਸਾਡੀ ਦੁਨੀਆ ਹੈ, ਸਾਰਿਆਂ ਨੂੰ ਮੈਂ ਤੇ ਕਰਾਂਗਾ ਵਾਦ ਵਿਵਾਦ ਵਿੱਚ ਨਾ ਪਾਓ, ਪਿਆਰ ਦੇ ਨਾਲ ਰਹੀਏ। ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀਂ ਪੁੱਤਰ ਕਹਾਉਂਦੇ ਹਾਂ, ਸਿੱਖ ਕਹਾਉਂਦੇ ਹਾਂ, ਆਪਾਂ ਉਹਨਾਂ ਦਾ ਹੁਕਮ ਮੰਨ ਲਈਏ। ਉਹਨਾਂ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮੰਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾ ਕੀ ਦੇ। ਜੇ ਗੁਰੂਆਂ ਦੀ ਦੇ ਆ ਤੇ ਜਿੰਨੇ 36 ਦੇ 36 ਸਾਡੇ ਸਤਿਗੁਰੂ ਹੈ, ਭਗਤ ਅਕਾਲ ਪੁਰਖ ਪਰਮਾਤਮਾ ਦੇ ਗੁਰੂ ਪਿਆਰਿਓ। ਆਪਾਂ ਵਿਵਾਦਿਤ ਪੈ ਕੇ ਲੋਕਾਂ ਨੂੰ ਪਾੜੀਏ ਨਾ, ਲੋਕਾਂ ਨੂੰ ਤੋੜੀਏ ਨਾ। ਇਹ ਅੱਜ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਵਿੱਚ ਪੰਜਾਬ ਸਾਡੇ ਪ੍ਰਧਾਨ ਸਾਹਿਬ, ਸਾਡੇ ਵੈਸ ਪ੍ਰਧਾਨ ਸਾਹਿਬ ਜੋ ਕਿ ਡੇਰਾ ਗੋਬਿੰਦਪੁਰਾ ਗੋਬਿੰਦਦਾਸ ਮਹਾਰਾਜ ਜੀ, ਸਾਧ ਸੰਗਤ ਜੀ, ਸ਼ਕਤੀ ਸਾਹਿਬਾਨ, ਖਜਾਨਤੀ ਸਾਹਿਬਾਨ, ਸਾਡੇ ਬੀਬੀ ਜੀ, ਹੋਰ ਸੰਤ ਸਮਾਜ ਸਾਰਾ ਖੜਾ ਹੈ। ਅੱਜ ਇਸ ਕਰਕੇ ਅਸੀਂ ਇਹ ਮੀਟਿੰਗ ਕੀਤੀ ਹੈ ਜੋ ਕਿ 10 ਤਰੀਕ ਦਿਨ ਸ਼ਨਿਚਰਵਾਰ 2 ਵਜੇ ਅਰਬਨ ਸਟੇਟ ਜੋ ਕਿ ਮੀਟਿੰਗ ਹੋ ਰਹੀ ਹੈ, 2 ਵਜੇ ਸਟਾਰਟ ਹੋਵੇਗੀ ਸ੍ਰੀ ਗੁਰੂ ਰਵਿਦਾਸ ਭਵਨ ਤੇ। ਸਤਿ ਸੰਗਤ ਜੀ, ਇੱਕੋ ਇੱਕ ਉੱਥੇ ਮੁੱਦਾ ਚੱਲੇਗਾ, ਭਗਤ ਤੇ ਗੁਰੂ ਦਾ। ਹੋਰ ਦੂਜੀਆਂ ਤੀਜੀਆਂ ਗੱਲਾਂ ਨਹੀਂ ਕੀਤੀਆਂ ਜਾਣੀਆਂ ਆਲੇ ਦੁਆਲੇ ਦੀਆਂ, ਤਾਂ ਕਿ ਰੌਲਾ ਇਸੇ ਗੱਲ ਦਾ। ਅਸੀਂ ਇਹ ਵੀ ਬੇਨਤੀ ਕਰਦੇ ਹਾਂ ਪ੍ਰਚਾਰਕਾਂ ਨੂੰ, ਬੋਲਣ ਵਾਲਿਆਂ ਨੂੰ, ਬਹੁਤ ਬੰਦੇ ਵਧੀਆ ਵਧੀਆ ਬੁਲਾ ਰਹੇ ਆ ਸਾਡੇ, ਉਹਨਾਂ ਮੋਹਰੇ ਹੱਥ ਜੋੜ ਕੇ ਬੇਨਤੀ ਹੈ, ਆਪਾਂ ਆਲੇ ਦੁਆਲੇ ਖਿੱਚਾ ਧੂਈ ਨਾ ਕਰੀਏ, ਆਪਣੀ ਕੇਵਲ ਤੇ ਕੇਵਲ ਭਗਤ ਦੇ ਗੁਰੂ ਦੀ ਗੱਲ ਕਰੀਏ, ਤਾਂ ਕਿ ਸਾਡੇ ਸਤਿਗੁਰੂ ਨੂੰ, ਸਤਿਗੁਰੂ ਜਗਤ ਗੁਰੂ ਰਵਿਦਾਸ ਮਹਾਰਾਜ ਨੂੰ ਕਹਿ ਕੇ ਪੁਕਾਰਿਆ ਜਾਵੇ। ਔਰ ਜਿੰਨੇ ਸਾਡੇ ਡੇਰੇ ਹੈ, ਸਾਡੇ ਡੇਰਿਆਂ ਦੇ ਵਿੱਚ ਕੋਈ ਇਦਾਂ ਨਹੀਂ ਹਿੰਮਤ ਰੱਖੇਗਾ ਵੀ ਮੈਂ ਭਗਤ ਅਕਾਲ ਪੁਰਖ ਦੇ ਹੈ, ਸਾਡੇ ਨਹੀਂ ਹੈ, ਸਾਡੇ ਸਤਿਗੁਰੂ ਹੈ। ਅੱਜ ਤਾਂ ਯਾਰ ਬੰਦਾ ਦੁਬਈ ਤੋਂ ਆ ਜਾਂਦਾ, ਉਹਦਾ ਬਦਲ ਜਾਂਦਾ। ਜਿਨ੍ਹਾਂ ਦੇ 52 ਰਾਜੇ ਮਹਾਰਾਜੇ ਹੋਏ ਹੈ ਉਹ ਸਤਿਗੁਰੂ ਹੈ, ਜਿਨ੍ਹਾਂ ਦੇ 52 ਰਾਜੇ ਹੋਏ ਹੈ ਸੇਵਕ ਰਾਜੇ ਸੀ ਨਾ, ਰਾਜੇ 52 ਰਾਜੇ ਉਹਨਾਂ ਦੇ ਸੇਵਕ ਹੋਇਆ ਸਤਿਗੁਰੂ ਜੀ ਦੇ। ਤੇ ਸਤਿਗੁਰੂ ਕਿਉਂ ਨੀ ਸਤਿਗੁਰੂ ਯਾਰ, ਅਸੀਂ ਇਹ ਗੱਲ ਨਾ ਕਰੀਏ। ਇਹ ਸਾਡੀ ਬੇਨਤੀ ਹੈ ਲੋਕਾਂ ਨੂੰ, ਦੁਨੀਆ ਨੂੰ ਟੈਕ ਕੇ ਵਸਣ ਦਿਓ, ਨਾ ਕਿ ਲੜਾਈ ਪ੍ਰਸਾਦਨ ਨੂੰ ਤੇਰੇ ਹੱਥ ਜੋੜ ਕੇ ਬੇਨਤੀ ਹੈ। ਆਪਾਂ ਰਲ ਕਰੀਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹ ਨਾ ਹੁੰਦੀ, ਹੋ ਸਕਦਾ ਸਾਨੂੰ ਜਗਤ ਗੁਰੂ ਬਾਰੇ ਗਿਆਨ ਹੀ ਨਾ ਹੁੰਦਾ।
ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਮਹਾਰਾਜ ਦਾ ਸਥਾਨ ਹੈ ਜਿੱਥੇ ਠੋਕਰ ਬਾਣੀ ਚੱਲਦੀ ਰਹਿੰਦੀ ਹੈ। ਅਸੀਂ ਬੇਨਤੀ ਕਰਦੇ ਹਾਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਸਾਰਿਆਂ ਨੂੰ ਮੱਥਾ ਟੇਕਿਆ ਜਾਂਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਮੋੜ ਲਿਆ ਤਾਂ ਗੁਰੂ ਰਵਿਦਾਸ ਤੋਂ ਵੀ ਮੁੱਖ ਮੋੜ ਲਿਆ ਸਤਿਸ੍ਰੀ ਜੀ। ਇਸ ਕਰਕੇ ਆਪਾਂ ਗੁਰੂ ਰਵਿਦਾਸ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਸੰਬੋਧਨ ਗੁਰੂ ਜੀ ਕਹਿ ਕੇ ਕਰਨਾ ਹੈ। ਆਹ ਸਾਡੀ ਮੀਟਿੰਗ ਜਿਹੜੀ ਹੈ, ਸਾਰੀਆਂ ਸਭਾਵਾਂ ਜਥੇਬੰਦੀਆਂ, ਨੌਜਵਾਨ ਸਭਾਵਾਂ, ਡਾਕਟਰ ਅੰਬੇਦਕਰ ਸਭਾਵਾਂ, ਭਗਵਾਨ ਵਾਲਮੀਕ ਸਤਿਗੁਰੂ ਵਾਲਮੀਕ ਸਵਾਮੀ ਜੀ ਮਹਾਰਾਜ ਜਿਨ੍ਹਾਂ ਨੇ ਉਹ ਕੰਮ ਕੀਤੇ ਹੈ, ਬੱਲੇ ਬੱਲੇ ਕਰਾਤੀ ਭਗਵਾਨ, ਸਮੂਹ ਸੰਤ ਸਮਾਜ, ਸਾਰੇ ਸੰਤ ਸਮਾਜ ਨੂੰ ਬੇਨਤੀ ਹੈ ਮਨਾਂ ਦੀਆਂ ਗੱਲਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਜਿਹੜੇ ਗੱਦੀ ਨਸ਼ੀਨ ਹੈ ਉਹਨਾਂ ਨੂੰ ਬੇਨਤੀ ਖਾਸ ਕਰਕੇ ਹੋਣਾ ਚਾਹੀਦਾ। ਸਤਸੰਗ ਜੀ, ਇਹ ਸਾਡੀ ਬੇਨਤੀ ਹੈ, ਇਸ ਬੇਨਤੀ ਨੂੰ ਕਬੂਲ ਕਰਨਾ। ਆਪਾਂ ਰਲ ਕੇ ਰਹੀਏ, ਪਿਆਰ ਨੂੰ ਵਧਾਈਏ ਤਾਂ ਕਿ ਪਿਆਰ ਤੋਂ ਦੂਰ ਨਾ ਜਾਈਏ। ਜੈ ਕਰਦੇ, ਧੰਨ ਕਰਦੇ।